ਜਿਹੜਾ ਹੈਗਾ ਆਪਣਾ ਬੀਤਾ ਉਹਦੇ ਵਿੱਚ ਰਾਤ ਮੈਂ ਸਾਨੂੰ ਇਨਫੋਰਮੇਸ਼ਨ ਆਈ ਕਿ ਜੀ ਇੱਕ ਇੱਕ ਘਰ ਦੇ ਵਿੱਚ ਇੱਕ ਬਜ਼ੁਰਗ ਜਿਹੜੇ ਹੈ ਦਿਆਲਪੁਰ ਪਿੰਡ 'ਚ ਬਲਵੰਤ ਸਿੰਘ ਜੀ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਜਦੋਂ ਪੂਰਾ ਦਾ ਪੂਰਾ ਮੁਲਾਇਜ਼ਾ ਕੀਤਾ ਤਾਂ ਇੱਦਾਂ ਲੱਗਿਆ ਜੈਸੇ ਇਹਨਾਂ ਦਾ ਮਰਡਰ ਹੋਇਆ ਹੈ। ਫਿਰ ਉਹਦੇ ਬਾਅਦ ਅਸੀਂ ਸਾਰੀ ਇਹਦੇ ਵਿੱਚ ਅਸੀਂ ਸਾਰਾ ਜੋ ਐਵੀਡੈਂਸ ਜੋ ਸਾਨੂੰ ਮਿਲੇ ਮੌਕੇ 'ਤੇ ਜਾਂ ਆਸ ਪਾਸ ਜਿਹੜਾ ਅਸੀਂ ਸਾਰਾ ਕੁਛ ਸੀ ਸੀ ਟੀ ਵੀ ਚੈੱਕ ਕਰਦੇ ਬਾਅਦ ਸਾਨੂੰ ਇਹ ਵਿਦਇਨ 24 ਆਵਰਸ ਪੁਲਿਸ ਨੇ ਬੜੀ ਮਿਹਨਤ ਨਾਲ ਇਹ ਮਰਡਰ ਟਰੇਸ ਕਰ ਲਿੱਤਾ ਗਿਆ। ਬੇਸਿਕਲੀ ਇਹਦੇ ਵਿੱਚ ਨਾ ਦੋ ਬੰਦੇ ਇਨਵੋਲਵ ਹੈਗੇ, ਇੱਕ ਹੈ ਸਾਹਿਲ ਔਰ ਦੂਜਾ ਹੈ ਮਿੰਟੂ। ਇਹ ਦੋਨੋਂ ਹੀ ਕ੍ਰਿਮੀਨਲ ਬੰਦੇ ਨੇ ਔਰ ਉੱਥੇ ਪਿੰਡ ਜਿਹੜਾ ਦਿਆਲਪੁਰ ਹੈ ਉੱਥੇ ਆਪਣਾ ਛੋਟਾ ਇਹ ਗੈਂਗ ਚਲਾ ਰਹੇ ਸੀ। ਇਹਨਾਂ ਦੇ ਬਾਕੀ ਵੀ ਮੈਂਬਰਾਂ ਹੈ, ਤਿੰਨ ਹੋਰ ਮੈਂਬਰ ਹੈ ਇਹ ਗੈਂਗ ਦੇ, ਟੋਟਲ 5 ਬੰਦਿਆਂ ਦਾ ਗੈਂਗ ਹੈ। ਉਸ ਰਾਤ ਪਹਿਲੇ ਇਹ ਜਿਹੜੇ ਇਨ ਸਭ ਨੇ ਮਿਲ ਕੇ ਇੱਕ ਪਲੈਨਿੰਗ ਕੀਤੀ ਕਿ ਇੱਕ ਜਿਹੜਾ NRI ਦਾ ਘਰ ਬੰਦ ਸੀ ਉੱਥੇ ਜਾ ਕੇ ਇਹ ਸਿਲੰਡਰਾਂ ਦੀ ਚੋਰੀ ਕਰਾਂਗੇ। ਸੋ ਇਹ ਉਸੀ ਨੀਅਤ ਦੇ ਨਾਲ ਉਹ ਤਿੰਨ ਬੰਦੇ ਜਿਹੜੇ ਹੈ ਇਹਨਾਂ ਦੇ ਗੈਂਗ ਮੈਂਬਰਸ ਉਹ ਉੱਥੇ ਗਏ। ਉੱਥੇ ਜਾ ਕੇ ਉਹਨਾਂ ਨੇ ਡੂੰਡਾ ਜੋ ਵੀ ਕੀਤਾ ਉਹਨਾਂ ਨੂੰ ਬਹੁਤ ਜ਼ਿਆਦਾ ਉਹਦੇ ਵਿੱਚ ਨਾ ਤਰੱਕੀ ਨਹੀਂ ਮਿਲੀ। ਫਿਰ ਇਮੀਡੀਏਟਲੀ ਉਹਨਾਂ ਨੇ ਪਲੈਨਿੰਗ ਕਰ ਲਈ ਕਿ ਜਿਹੜੇ ਇਹ ਬਜ਼ੁਰਗ ਹੈ ਬਲਵੰਤ ਸਿੰਘ ਜੀ ਜਿਨ੍ਹਾਂ ਨੂੰ ਸਾਹਿਲ ਪਹਿਲੇ ਤੋਂ ਹੀ ਜਾਂਦਾ ਸੀ ਉਹ ਉਹਨਾਂ ਦੇ ਕੋਲ ਸ਼ਾਇਦ ਇਹਨਾਂ ਨੂੰ ਪੈਸੇ ਮਿਲ ਸਕਦੇ ਹੈ ਤਾਂ ਉਹਨਾਂ ਦੇ ਘਰ ਚੋਰੀ ਦੀ ਨੀਅਤ ਨਾਲ ਇਹ ਵੜ ਗਏ ਦੋਨੋਂ। ਉੱਥੇ ਬਲਵੰਤ ਸਿੰਘ ਜੀ ਜਿਹੜੇ ਹੈ ਉਹ ਬੇਸਿਕਲੀ ਫਾਈਨੈਂਸਰ ਹੈ ਔਰ ਬਜ਼ੁਰਗ ਬੰਦੇ ਹੈ, ਉਹ ਵਿਆਜ 'ਤੇ ਪੈਸੇ ਦਿੰਦੇ ਹੈ ਪਿੰਡ ਦੇ ਜਿਹੜੇ ਬੰਦੇ ਉਹਨਾਂ ਨੂੰ। ਉਹਨਾਂ ਨੇ ਉਹਨਾਂ ਦੇ ਕੋਲ ਇੱਕ ਦਾਤਰ ਉਹ ਆਪਣੀ ਸ਼ਾਇਦ ਸੁਰੱਖਿਆ ਵਾਸਤੇ ਰੱਖਿਆ ਹੋਗਾ। ਇਹਨਾਂ ਨੇ ਉਹਨਾਂ ਦੇ ਦਾਤਰ ਤੋਂ ਹੀ ਨਾ ਉਹਨਾਂ ਦੇ ਪੈਰੋਂ ਮੇ ਔਰ ਸਰਮੇ ਵਾਰ ਕਰਕੇ ਉਹਨਾਂ ਨੂੰ ਬਰੂਟਲੀ ਵੈਰੀ ਬਰੂਟਲੀ ਉਹਨਾਂ ਦਾ ਕਤਲ ਕਰਤਾ ਔਰ ਕਤਲ ਕੇ ਬਾਅਦ ਇਹ ਫਰਾਰ ਹੋ ਗਏ। ਔਰ ਇਹ ਫਰਾਰ ਔਰ ਇਹਨਾਂ ਦੇ ਬਾਕੀ ਤਿੰਨ ਮੈਂਬਰ ਹੈ ਉਹ ਵੀ ਫਰਾਰ ਹੋ ਗਏ। ਫਿਰ ਅਸੀਂ ਬਾਕੀ ਜਿਹੜਾ ਸਾਨੂੰ ਜੋ ਮੌਕੇ 'ਤੇ ਸਰਕਮਸਟੈਂਸ਼ੀਅਲ ਐਵੀਡੈਂਸ ਔਰ ਆਸ ਪਾਸ ਚੈੱਕ ਕਰਨ ਕੇ ਬਾਅਦ ਸਾਨੂੰ ਵਿਦਇਨ 24 ਆਵਰਸ ਅਸੀਂ ਇਹਨਾਂ ਨੂੰ ਫੜ ਲਿਆ। ਇਨਕੇ ਸਾਰੇ ਗੈਂਗ ਮੈਂਬਰਸ ਹੈ ਸਾਰੇ ਰਾਊਂਡ ਅਪ ਕਰ ਲਿੱਤੇ ਗਏ ਨੇ। ਸਾਹਿਲ ਜਿਹੜਾ ਹੈ ਉਹ ਬਲਵੰਤ ਸਿੰਘ ਨੂੰ ਬਲਵੰਤ ਸਿੰਘ ਜੀ ਨੂੰ ਪਹਿਲੇ ਤੋਂ ਜਾਂਦਾ ਸੀ। 2021 ਦੇ ਵਿੱਚ ਇਹ ਉਹਨਾਂ ਦੇ ਘਰ ਨਾ ਕਿਰਾਏ 'ਤੇ ਰਹਿੰਦੇ ਸੀ। ਬਲਵੰਤ ਸਿੰਘ ਜੀ ਕੇ ਘਰ ਮੇਂ ਇੱਕ ਕੁੜੀ ਰਹਿੰਦੀ ਸੀ ਕਿਰਾਏ 'ਤੇ, ਇਹ ਉਹਦੇ ਨਾਲ ਰਿਲੇਸ਼ਨ ਸੀ, ਇਹ ਉੱਥੇ ਹੀ ਆਉਂਦਾ ਜਾਂਦਾ ਰਿਹਾ ਸੀ। ਬਾਅਦ 'ਚ ਜਦ ਬਲਵੰਤ ਸਿੰਘ ਜੀ ਨੂੰ ਇਹਨਾਂ ਦੀ ਜਿਹੜੀ ਜੋ ਠੀਕ ਨਹੀਂ ਲੱਗਿਆ ਤਾਂ ਉਹ ਕੁੜੀ ਨੂੰ ਉਹਨਾਂ ਨੇ 2021 'ਚ ਬਾਹਰ ਕੱਢਤਾ। ਇਹ ਬੰਦਾ ਬਹੁਤ ਤਰ੍ਹਾਂ ਦੇ ਕ੍ਰਾਈਮਸ ਦੇ ਵਿੱਚ ਇਨਵੋਲਵ ਹੈਗਾ। ਇਹ ਛੋਟੇ ਛੋਟੇ ਉੱਥੇ ਗੈਂਗ ਚਲਾਉਂਦਾ ਹੈ, ਐਕਸਟੋਰਸ਼ਨ ਹੈ, ਧਮਕੀਆਂ, ਪੁਲਿਸ ਦੇ ਨਾਲ ਵੀ ਕਈ ਵਾਰੀ ਹਮਲਾ ਕੀਤਾ ਹੈ। ਇਹਦੇ ਉੱਪਰ 304 ਦੇ ਅਸਾਦ ਦੇ ਪਰਚੇ ਵੀ ਦਰਜ ਹੈ। ਇਸ ਕਰਕੇ ਇਹਨੂੰ ਇਹ ਪੂਰਾ ਪਤਾ ਸੀ ਕਿ ਜਿਹੜੇ ਆਪਣੇ ਬਲਵੰਤ ਸਿੰਘ ਜੀ ਹੈ ਇਹ ਇਕੱਲੇ ਰਹਿੰਦੇ ਹੈ ਘਰ ਔਰ ਇਹਨਾਂ ਦੇ ਕੋਲ ਸ਼ਾਇਦ ਪੈਸਾ ਵੀ ਹੋ ਸਕਦਾ ਹੈ। ਇਹਨਾਂ ਨੂੰ ਲੁੱਟਣ ਦੀ ਨੀਅਤ ਨਾਲ ਇਹਨਾਂ ਨੇ ਇਹ ਦੋਨੋਂ ਘਰ ਵੜੇ ਔਰ ਘਰ ਜਾ ਕੇ ਇਹਨਾਂ ਦਾ ਬਹੁਤ ਬਰੂਟਲੀ ਮਰਡਰ ਕੀਤਾ ਹੈ। ਕਿੰਨੇ ਲੋਕ ਇਸ ਨੋਮੀਨੇਟਡ ਨੇ, ਕਿੰਨੇ ਅਰੈਸਟਡ ਨੇ, ਰਿਕਵਰੀ ਕੀ ਹੈ? 5 ਬੰਦੇ ਨੋਮੀਨੇਟਡ ਹੈ, 5ੋਂ ਹੀ ਅਰੈਸਟਡ ਹੈ। 2 ਕੇਸ ਅਸੀਂ ਦਰਜ ਕੀਤੇ ਹੈ, ਇੱਕ ਸਿਲੰਡਰ ਦੀ ਚੋਰੀ ਦਾ ਵੱਖਰਾ ਕੇਸ ਦਰਜ ਕੀਤਾ ਹੋਇਆ ਹੈ FIR ਨੰਬਰ 171 ਔਰ ਜੋ ਜਿਹੜਾ ਆਪਣਾ ਇਹ ਲੁੱਟਾਂ ਖੋਹਾਂ ਦੀ ਨੀਅਤ ਨਾਲ ਫਿਰ ਜਾ ਕੇ ਮਰਡਰ ਕਰਤਾ ਉਹਦਾ ਵੱਖਰਾ ਕੇਸ ਦਰਜ ਕੀਤਾ ਹੋਇਆ ਹੈ FIR ਨੰਬਰ 170। ਇਹਨਾਂ ਦੇ ਕੋਲ ਨਾ ਇੱਕ ਆਪਣਾ ਦਾਤਰ ਬਰਾਮਦ ਹੋਇਆ ਹੈ ਜਿਹੜਾ ਲੋਹੇ ਦਾ ਹੈ ਨਾ, ਉਹ ਦਾਤਰ ਬਰਾਮਦ ਹੋਇਆ ਹੈ ਔਰ ਇੱਕ ਸੰਗਲ ਸਬਲ ਉਹ ਬਰਾਮਦ ਹੋਈ ਹੈ। ਮੈਮ ਇੱਕ ਛੋਟਾ ਜਿਹਾ ਇਨਪੁੱਟ ਹੋਰ ਚਾਹੀਦਾ, ਜਿਹੜੀ ਬੋਡੀ ਮਿਲੀ ਹੈ ਉੱਥੇ।